ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਜਾਣਦਿਆਂ ਆ ਪਾਠ ਤੇ ਆਪਣਾ ਕੋਈ ਯਾਰ ਮਿੱਤਰ ਆ ਉਹਨਾਂ ਦਾ ਵਿਆਹ ਆ ਤੇ ਅੱਜ ਉਹਨਾਂ ਨੇ ਪਾਠ ਰਖਾਇਆ ਆ ਤੇ ਜਾਗੋ ਆ ਤੇ ਹੁਣ ਪਹਿਲਾਂ ਮੈਂ ਪਾਠ ਤੇ ਜਾਣਦਿਆਂ ਆ ਤੇ ਆਪਣੀਆਂ ਵੀਡੀਓ ਨੂੰ ਪਹਿਲੀਆਂ ਨੂੰ ਬਹੁਤ ਜ਼ਿਆਦਾ ਤੁਸੀਂ ਵਧੀਆ ਰਿਸਪੋਂਸ ਦਿੱਤਾ ਆ ਤੇ ਸਾਨੂੰ ਵੀ ਵਧੀਆ ਲੱਗਾ ਬੜੇ ਵਧੀਆ ਵਧੀਆ ਸਾਰਿਆਂ ਦੇ ਕਮੈਂਟ ਆਏ ਤੇ ਵਧੀਆ ਲੱਗਾ ਸਾਨੂੰ ਤੇ ਅੱਜ ਤੁਹਾਨੂੰ ਜੇ ਤੇ ਟਾਈਮ ਲੱਗਾ ਮੇਰਾ ਤੁਹਾਨੂੰ ਮੈਂ ਜਾਗੋ ਜ਼ਰੂਰ ਦਿਖਾਊਂਗਾ ਅਤੇ ਬਾਕੀ ਪਾਠ 'ਤੇ ਤਾਂ ਮੈਂ ਚੱਲਾਂ ਹੀ ਹਾਂ ਹੁਣ ਲਓ ਜੀ ਅਸੀਂ ਪਹੁੰਚ ਗਏ ਹਾਂ ਪਾਠ ਵਾਲੇ ਘਰ ਜਿਨ੍ਹਾਂ ਦੇ ਮੁੰਡੇ ਦਾ ਵਿਆਹ ਆ ਅਤੇ ਇਹਦਾ ਯਾਰ ਪੱਕਾ ਯਾਰ ਆ ਗਗਨ ਦਾ ਢਿੱਲੋਂ ਸਾਹਿਬ ਦਾ ਪੱਕਾ ਯਾਰ ਆ ਟੋਰ ਕੱਢੀ ਆ ਪੂਰੀ ਪਛਾਣ ਲਓ ਇਹੋ ਹੀ ਆ ਜਿਹੜਾ ਉਦਣ ਸ਼ੂਟਿੰਗ 'ਤੇ ਜੀਪ ਚਲਾਉਂਦਾ ਸੀ ਅਤੇ ਬਾ ਪਹੁੰਚ ਗਏ ਹਾਂ ਜੀ ਪਹੁੰਚ ਗਏ ਹਾਂ ਪਰ ਲੇਟ ਬਹੁਤ ਪਹੁੰਚੇ ਹਾਂ ਗੱਡੀ ਲਾ ਕੇ ਤੁਰੇ ਜਾਂਦੇ ਹਾਂ ਉਹਨੂੰ ਹੁਣ ਪਕੌੜੇ ਪਤਾ ਨਹੀਂ ਲੱਗੇ ਹੋਣੇ ਕਹਿੰਦੇ ਠੀਕ ਆ ਪਾਠ ਤੋਂ ਵੀ ਆ ਗਏ ਆ ਤੇ ਹੁਣ ਸ਼ਾਮ ਨੂੰ ਹੈਗੀ ਆ ਜਾਗੋ ਉਹਨੂੰ ਨੀਂਦ ਬੜੀ ਆਉਂਦੀ ਰਾਤੀ ਲੇਟ ਬਹੁਤ ਸੁੱਤਾਂ ਤੇ ਬਸ ਆਈ ਪੈਂਦੇ ਤਾਂ ਕਰਕੇ ਮੈਂ ਵੀਡੀਓ ਵੀ ਨਹੀਂ ਬਣਾਈ ਉੱਥੇ ਰੋਟੀ ਖਾਧੀ ਹੁਣ ਗੁਰਦੁਆਰਾ ਸਾਹਿਬ ਦੇ ਅੱਗੇ ਲੰਘਣ ਦੇ ਹੀ ਅਤੇ ਹੁਣ ਜਨਾਬ ਹੁਣਾਂ ਨੂੰ ਮੈਂ ਇੱਥੇ ਲਾ ਕੇ ਤਾਂ ਮੈਂ ਚੱਲ ਜਾਣਾ ਘਰ 2 ਘੰਟੇ ਸੌਣਾ ਆ ਫਿਰ ਸ਼ਾਮ ਨੂੰ ਹੈਗੀ ਆ ਜਾਗੋ ਫਿਰ ਹੀ ਜਾਗੋ 'ਤੇ ਆ ਹੋਣਾ ਆ ਨਹੀਂ ਤਾਂ ਮੰਦਾ ਹਾਲ ਆ ਗਾਂਹ ਤੋਂ ਹੁਣ ਮੈਂ ਛੇਤੀ ਸੌਣਾ ਕਰਨਾ ਮੈਂ ਕਹਿੰਦਾ ਰਹਿੰਦਾ ਆ ਕਰਦਾ ਨਹੀਂ ਆ ਫਿਰ ਵੀਡੀਓ ਦਾ ਪੰਗਾ ਪੈ ਜਾਂਦਾ ਆ ਵੀਡੀਓ ਬਣਾਉਣੀ ਪੈਂਦੀ ਆ ਨਾ ਫਿਰ ਉਹਦੇ ਚੱਕਰ 'ਚ ਲਓ ਜੀ ਪਹੁੰਚ ਗਏ ਆਪਾਂ ਘਰ ਨੀਂਦ ਪੂਰੀ ਕਰਨੀ ਆ ਹੁਣ 2 ਘੰਟੇ ਸੌਂ ਕੇ ਫਿਰ ਹੀ ਕਿਤੇ ਜਾ ਹੋਣਾ ਆ ਆ ਗਏ ਜੀ ਘਰੇ ਇੱਕ ਡੱਬਾ ਹੋਰ ਆ ਗਿਆ ਆਪਾਂ ਨੂੰ ਵਿਆਹ ਦਾ ਵਿਆਹ ਹੀ ਵਿਆਹ ਆਈ ਜਾਂਦੇ ਵਿਆਹ ਹੀ ਵਿਆਹ ਇਹ ਵੀ ਹੁਣ ਖੋਲ੍ਹਦੇ ਹਾਂ ਇਹ ਵੀ 2 ਕੁ ਦਿਨਾਂ ਦੇ ਵਿੱਚ ਵਿੱਚ ਹੀ ਆ ਲਓ ਜੀ ਘਰ ਪਹੁੰਚ ਗਏ ਥੱਕ ਹਾਰ ਕੇ ਅਤੇ ਡੱਬਾ ਫੜਿਆ ਹੱਥ 'ਚ ਇੱਕ ਹੋਰ ਵਿਆਹ ਦਾ ਹਾਂ ਜਨਾਬ ਜੀ ਕਿੱਦਾਂ ਹੋਰ ਕਾਰਡ ਵੀ ਆ ਗਿਆ ਇੱਕ ਹੋਰ ਨਾਲੇ ਓਏ ਹੋਏ ਬੜਾ ਵਧੀਆ ਰਿਹਾ ਮੈਨੂੰ ਨੀਂਦ ਬੜੀ ਆਉਂਦੀ ਸੀ ਤਾਂ ਕਰਕੇ ਮੈਂ ਵੀਡੀਓ ਨਹੀਂ ਬਣਾਈ ਰਾਤੀ ਬਹੁਤ ਜਾਗਦਾ ਰਿਹਾ ਨਾ ਆ ਜਿਹੜੀ ਤੁਸੀਂ ਦੇਖ ਕੇ ਹਟੇ ਆ ਸ਼ੂਟ ਵਾਲੀ ਵੀਡੀਓ ਅੱਖਾਂ ਪੱਕ ਗਈਆਂ ਮੇਰੀਆਂ ਐਡਿਟ ਕਰਨਾ ਬੜਾ ਔਖਾ ਕੰਮ ਆ ਸਿਨਮੈਟਿਕ ਸ਼ਾਰਟ ਲੈਣੇ ਅਤੇ ਤਾਂ ਕਰਕੇ ਮੈਂ ਉੱਥੇ ਵੀ ਬਣਾਈ ਨਹੀਂ ਗਈ ਵੀਡੀਓ ਵੀ ਹੁਣ ਜਾਗੋ 'ਤੇ ਜਾਣਾ ਆ ਰਾਤ ਨੂੰ ਫਿਰ ਮੈਂ ਬਣਾਊਂਗਾ ਪੱਕਾ ਹਾਂਜੀ ਹਾਂਜੀ ਆ ਵੀ ਖੋਲੋ ਹਾਂ ਕਾਰਡ ਦਰਸ਼ਨ ਕਰਾਈਏ ਲਓ ਜੀ ਇਕੱਠੇ 3 ਵਿਆਹ ਆ ਗਏ ਡੱਬਾ ਵੀ ਖੋਲ ਦਿਓ ਜੀ ਫਿਰ ਦਰਸ਼ਨ ਕਰਾਏ ਦੇਈਏ ਸਬਸਕ੍ਰਾਈਬਰਾਂ ਨੂੰ ਵੀ ਹੁਣ ਸਿਆਲ ਲੰਘ ਚੱਲਾ ਹੁਣ ਵਿਆਹ ਹੀ ਆਈ ਜਾਂਦੇ ਆ ਵਾਹ ਵੀ ਵਾਹ ਕਿਆ ਬਾਤਾਂ ਮੇਰਾ ਤਾਂ ਢਿੱਡ ਫੁੱਲ ਆ ਆਪਾਂ ਤਾਂ ਖਾਣਾ ਨਹੀਂ ਕੁਝ ਵੀ ਖਾਓ ਨਜ਼ਾਰੇ ਲਓ ਮੈਂ ਹੁਣ ਨਾ ਲੀਟਾਂ ਮਾਰਨ ਲੱਗਾ ਆ 1 ਘੰਟਾ ਸੌਂ ਕੇ ਮੈਂ ਚਾਰਜ ਹੋਣਾ ਆ ਜਾਗੋ ਤੇ ਮੈਂ ਭੰਗੜਾ ਪਾਉਣਾ ਜਾ ਕੇ ਮਤਲਬ ਕਾਰਡ ਆਇਆ ਆ ਅਤੇ ਟੇਸਟ ਜ਼ਰੂਰ ਕਰਨਾ ਚਾਹੀਦਾ ਆ ਤਾਂ ਮੈਂ ਮਿੱਠਾ ਨਹੀਂ ਖਾਂਦਾ ਬਹੁਤ ਘੱਟ ਹੈ ਲੂਣ ਵਾਲਾ ਵੀ ਹੈਗਾ ਫਿਰ ਲੂਣ ਵਾਲਾ ਖਾ ਲਓ ਵਧੀਆ ਬਣਾਇਆ ਕਾਰਡ ਤਾਂ ਪੜ੍ਹ ਲਈਏ ਚੰਗੀ ਤਰ੍ਹਾਂ ਉੱਦਾਂ ਤੁਹਾਨੂੰ ਪਤਾ ਕਾਰਡ ਆਪਾਂ ਪੂਰਾ ਪੜ੍ਹ ਲਿਆ ਆ 22 ਤਰੀਕ ਦਾ ਵਿਆਹ ਆ ਜੀ ਆਪਾਂ ਨੂੰ ਅਤੇ ਪਹਿਲਾਂ ਸਹੀ ਆਪਾਂ ਦੱਸਣਾ ਤੁਹਾਨੂੰ ਕਿਸੇ ਮੈਂ ਨਹੀਂ ਬੋਲਦਾ ਪਰ ਮੈਂ ਕੱਟ ਦਿੱਤਾ ਪੈਲਸ ਦਾ ਨਾਮ ਤਾਂ ਨਿਊਜ਼ੀਲੈਂਡ ਆ ਬਾਕੀ ਤੁਹਾਨੂੰ ਹੁਣ ਵਿਆਹ ਦਿਖਾਵਾਂਗੇ ਅਤੇ
ਮੈਨੂੰ ਤਾਂ ਕੁਛ ਆਉਣ ਨਹੀਂ ਦਿਆ ਹੁਣ ਦਿਮਾਗ 'ਚ ਕਿਉਂਕਿ ਨੀਂਦ ਆਉਣ ਦਈ ਆ ਮੈਨੂੰ ਮੈਂ ਨੀਂਦ ਪੂਰੀ ਕਰ ਲਾਂ ਫਿਰ ਤੁਹਾਨੂੰ ਮੈਂ ਮਿਲੂੰਗਾ ਹੁਣ ਚੰਗਾ ਜੀ ਚਲੋ ਜੀ ਜਨਾਬ ਜੀ ਖਾਣਾ ਤਾਂ ਖਾ ਲਓ ਨਹੀਂ ਤਾਂ ਫਿਰ ਅੰਦਰ ਰੱਖੋ ਹੈ ਨਾ ਘੁੱਗੀ ਬੋਲਦੀ ਘੁੱਗੂ ਘੂ ਦਾਦੀ ਕਹਿੰਦੀ ਹੁੰਦੀ ਸੀ ਅਸੀਂ ਕਹਿਣਾ ਦਾਦੀ ਕੀ ਕਹਿੰਦੀ ਆ ਉਹਨੇ ਕਹਿਣਾ ਕਹਿੰਦੀ ਆ ਜੂਸਵ ਖੂ ਜੂਸਵ ਖੂ ਪਤਾ ਨਹੀਂ ਮੈਨੂੰ ਚੇਤਾ ਭੁੱਲ ਗਿਆ ਇੱਦਾਂ ਕਹਿੰਦੀ ਹੁੰਦੀ ਆ ਜੂਸਵ ਖੂ ਹੈ ਨਾ ਦੇਖਿਆ ਇਹ ਜਿਹੜੇ ਬਜ਼ੁਰਗ ਹੁੰਦੇ ਨਾ ਬਜ਼ੁਰਗਾਂ ਦਾ ਤਜਰਬਾ ਨਾਲੇ ਇਹਨਾਂ ਨੂੰ ਪਤਾ ਹੁੰਦਾ ਸੀ ਅੱਜ ਕੱਲ੍ਹ ਦਿਆਂ ਨੂੰ ਕੀ ਸਵਾਹ ਪਤਾ ਸਾਡੇ ਵਰਗਿਆਂ ਨੂੰ ਬਾਕੀ ਗਾਂਹ ਵਾਲੀ ਵੀਡੀਓ ਚੱਕ ਜੇ ਮੈਂ ਦੱਸੂੰਗਾ ਆਪਾਂ ਨੂੰ ਔਫਰ ਆਇਆ ਇੱਕ ਬੜਾ ਤਕੜਾ ਅਸੀਂ ਆਪਾਂ ਰੈਸਟ ਕਰ ਲਈ ਅਤੇ ਰਾਤ ਹੋ ਗਈ ਆ 8 ਵੱਜ ਗਏ ਆ ਹੁਣ ਆਪਾਂ ਚੱਲੇ ਹਾਂ ਜਾਗੋ ਅਤੇ ਅੱਜ ਤਰੀਕ ਹੈਗੀ ਆ 20 ਅਤੇ ਮੈਨੂੰ ਜਨਾਬ ਹੁਣਾਂ ਨੇ ਕੋਟ ਕੂਟ ਲਿਆਤਾ ਉੱਦਾਂ ਮੈਂ ਪਤਲੀ ਪਈ ਆ ਅਤੇ ਐਤਕੀ ਆਪਾਂ ਕਿਤੇ ਵੀ ਲੇਟ ਨਹੀਂ ਆਏ ਕਿ ਟਾਈਮ ਸਿਰ ਹੀ ਸਾਰੇ ਪਹੁੰਚੇ ਆਪਾਂ ਸਹੀ ਸਹੀ ਟਾਈਮ 'ਤੇ ਹੈ ਨਾ ਬਹੁਤ ਹੀ ਸਹੀ ਸਹੀ ਟਾਈਮ ਸਵੇਰੇ ਲੇਟ ਹੋ ਗਿਆ ਇੱਦਾਂ ਨਾ ਆ ਦੇਖੋ ਹਨੇਰਾ ਹੋ ਗਿਆ ਬਾਹਰ ਜਾਗੋ ਦਾ ਟਾਈਮ ਹੋ ਗਿਆ ਜਾਗੋ ਹਾਂ ਅਤੇ ਚੰਗਾ ਜੀ ਫਿਰ ਓਕੇ ਜੀ ਬਾਏ ਬਾਏ ਜੀ ਕੈਮਰੇ ਵੀ ਆਪਾਂ ਰੱਖ ਲਏ ਆ ਬਹੁਤ ਲੇਟ ਨਾ ਆਇਓ ਅੱਛਾ ਓਕੇ ਜੀ ਬਾਏ ਬੂਆ ਵੀ ਖੋਲ ਦੇਣਾ ਸੀ ਮਾੜਾ ਜਿਹਾ ਜੀ ਹਾਂਜੀ ਹਾਂਜੀ ਆਪਣੀ ਹੁਣ ਆਪਣਾ ਢਿੱਲੋ ਸਾਹਿਬ ਨੂੰ ਚੱਕਾਂਗੇ ਅਤੇ ਫਿਰ ਆਪਾਂ ਵਿਆਹ ਵਾਲੇ ਘਰ ਜਾਵਾਂਗੇ ਕੱਲ੍ਹ ਵੀ ਵਿਆਹ ਆ ਅਤੇ ਜਿੱਧਰ ਅੱਜ ਜਾਗੋ ਉੱਧਰ ਪਰਸੋਂ ਵਿਆਹ ਆ ਉਹਦਾ ਕੱਲ੍ਹ ਦੋ ਵਿਆਹ ਆ ਇਕੱਠੇ ਹੀ ਇੱਕ ਬੰਨੀ ਜਾ ਹੋਣਾ ਹੁਣ ਓਕੇ ਜੀ ਬਾਏ 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 ਲਓ ਜੀ ਆਪਾਂ ਨਾ ਵਿਆਹ ਵਾਲੇ ਘਰ ਦੇ ਕੋਲ ਪਹੁੰਚ ਗਏ ਹਾਂ ਅਤੇ ਸਵੇਰ ਵਾਲੇ ਢਿੱਲੋ ਸਾਹਿਬ ਆਪਣੇ ਅਤੇ ਹੁਣ ਇੱਥੇ ਗੱਡੀ ਲਾ ਕੇ ਅਤੇ ਵਹਿੰਦੇ ਅੰਦਰ ਕੀ ਪ੍ਰੋਗਰਾਮ ਆ ਅਤੇ ਮਾੜਾ ਮੋਟਾ ਸੀਨ ਦਿਖਾਊਂਗਾ ਮੈਂ ਤੁਹਾਨੂੰ ਵੀ ਅਸੀਂ ਵੀ ਹਾਜ਼ਰੀ ਲਵਾ ਲਈਏ ਪਹਿਲਾਂ ਘਰ ਦੇ ਬਾਹਰ ਪਹੁੰਚ ਗਏ ਲੇਟ ਬਹੁਤ ਜ਼ਿਆਦਾ ਹੋ ਗਿਆ ਮੈਂ 12 ਵੱਜ ਗਏ ਪੂਰੇ 12 ਵਜੇ ਪਹੁੰਚਾ ਮੈਂ ਘਰੇ ਲਓ ਮੈਂ ਵੀਡੀਓ ਬਣਾਉਣ ਲੱਗੇ ਲਓ ਜੀ ਗੁੱਡ ਮੋਰਨਿੰਗ ਜੀ ਸਾਰਿਆਂ ਨੂੰ ਅਤੇ ਰਾਤੀ ਜਾਗੋ ਦੇ ਵੀ ਲੇਟ ਪਹੁੰਚੇ ਤਾਂ ਉਹਨਾਂ ਨੇ ਜਾਗੋ ਕੱਢ ਲਈ ਸੀ ਅਤੇ ਫਿਰ ਭੰਗੜਾ ਪਾ ਕੇ ਆ ਗਏ ਅਤੇ ਹੁਣ ਸਵੇਰ ਦੀ ਮੋਰਨਿੰਗ ਹੋ ਗਈ ਆ ਅਤੇ ਖੇਡਣ ਦਿਆ ਸੀ ਮੇਰੇ ਨਾਲ ਅਸੀਂ ਜੀਪ ਪਿੱਛੇ ਕਰਕੇ ਨਾ ਅਤੇ ਆਪਣਾ ਜਿਹੜਾ ਸਲੰਸਰ ਸੀ ਆਹ ਅਤੇ ਇੱਥੇ ਕੱਸਣ ਲੱਗੇ ਹਾਂ ਹੁਣ ਇੱਦਾਂ ਅਤੇ ਉਹ ਤੋਂ ਬਾਅਦ ਫਿਰ ਆਪਾਂ ਸਿਮਰ ਨੂੰ ਜੀਪ ਸਿਖਾਉਣੀ ਆ ਮੈਂ ਕਿਹਾ ਪਹਿਲਾਂ ਉੱਤੋਂ ਨਾ ਇਹ ਲਾ ਲਵਾਂ ਅਤੇ ਦੋ ਕੁ ਦਿਨ ਜਿਹੜਾ ਚਾਹ ਲਾਉਣਾ ਸੀਗਾ ਸਲੰਸਰ ਲਾ ਕੇ ਪੂਰਾ ਕਰ ਲਿਆ ਨਾਲੇ ਉਹ ਰੰਗ ਕਰਾਉਣਾ ਸੀ ਤਾਂ ਲਾਇਆ ਸੀਗਾ ਵੈਸੇ ਮੈਂ ਕਿਹਾ ਦੋ ਕੁ ਦਿਨ ਉੱਦਾਂ ਚਲਾ ਕੇ ਦੇਖ ਲਈਏ ਅਤੇ ਹੁਣ ਆਪਾਂ ਕੱਸ ਦੇਣਾ ਆ ਅਤੇ ਬਾਕੀ ਜਿਹੜਾ ਗਾਣਾ ਵਾ ਜਿਹੜਾ ਆਪਾਂ ਕੱਢਿਆ ਸੀ ਬੜਾ ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਨੇ ਉਹਨੂੰ ਅਤੇ ਵਧੀਆ ਲੱਗਾ ਸਾਨੂੰ ਵੀ ਅਤੇ ਹੁਣ ਆਪਣਾ ਦੀਦੀ ਇਹ ਤਿਆਰੀ ਜਾ ਪੂਰੀ ਚੱਲੀਏ ਘੁੰਮਣ ਫਿਰ ਆਪਾਂ ਚਾਚੂ ਜੀ ਪਾਟੇ ਲੈ ਕੇ ਜਾਈਏ ਨਾ ਪਾਟੇ ਵੀ ਲੈ ਕੇ ਜਾਣੇ ਆ ਚਾਚੀ ਨੂੰ ਸਿਖਾਉਣ ਜਾਣੀ ਆਪਾਂ ਚਲੋ ਆਪਾਂ ਕੱਸ ਕੇ ਆ ਜਾ ਹੁਣ ਮੈਂ ਕੱਸ ਕੇ ਹਟਿਆ ਆਪਾਂ ਮੈਂ ਨਾਟਕ ਕੱਸਣੇ ਸੀ ਬਸ ਅਤੇ ਹੁਣ ਜੀਪ ਆਪਣੀ ਰੈਡੀ ਆ ਅਤੇ ਤੂੰ ਕੀ ਕਰਦਾ ਅਤੇ ਬਾਕੀ ਹੁਣ ਇੱਥੇ ਸਿਮਰ ਨੂੰ ਸਿਖਾ ਕੇ ਛੱਤ ਪਾ ਦੇਣੀ ਆ ਅਤੇ ਛੱਤ ਪਾਉਣ ਤੋਂ ਬਾਅਦ ਇਹਦਾ
लास्ट व्लॉग होना जीप का, फिर वो भी तुहानू एक दो दिन के आ जाना, बस हम छत पाने वाली रह गई, छत पा के फिर तुहानू मैं सारा दस दूंगा क्यों सारा कुछ मैं किया, इन्ने व्लॉग का तो इदा दे आए आ गया आ गया मैं आ गया क्या आ गया आ गया ले आते ले आते दे पहले तो माता मिला दम दे हाँ कैमरा ले ली दे जाओ जाते दे दो तेरे को क्या चलाया जाना चाया जाना मैंने पता है यार नहीं चलाया जाना तेरे को पता है पहला तो चाची ने सताया इन्ना बंद हो जाता ना हाँ इन्ना बंद होता तो यही रेडी हो गया देखो ये रेडी तो हो गए आप चले हाँ सिमर में एक तो जीप सिखा चले हाँ तो दूजा मामिया भी चले हाँ कि टाइम हो गया मामिया कहते हैं भी आने नहीं तुम आने नहीं तो अज वेले करके अज उतों फिर उधर सीधे हो जाएंगे जीप तो उधर चल जाना जनाब होनी भी रेडी आ दोवें जाने अज टीडी भी जाऊ साडे नाल तेन मामिया तो लैके जाना मामिया से ठीक है चलो जी चलीए तो मिलते हैं फिर कल आप जीप वाले ब्लॉग के चंगा जी फिर ओके बाय बाय खूह वाले बंद आप कल बनावे वीडियो ओके जी बाय बाय कल को मिलते हैं बाय बाय शिव दादा।